ਤਰਨਤਾਰਨ ਪੁਲਿਸ ਨੇ ਨਕਲੀ ਸੀਮਿੰਟ ਦੇ ਨਾਲ ਇੱਕ ਟਰੱਕ ਨੂੰ ਫੜਿਆ ਹੈ ਤੇ ਇੱਕ ਵਿਅਕਤੀ ਵੀ ਕਾਬੂ ਆਇਆ ਹੈ, ਜਦਕਿ ਦੋ ਫਰਾਰ ਹੋਣ ਵਿੱਚ ਸਫਲ ਹੋਏ ਹਨ। ਇਹ ਸਾਰੇ ਮਾਮਲੇ ਸੰਬੰਧੀ ਤਰਨਤਾਰਨ ਦੇ ਪੁਲਿਸ ਦੇ ਚੌਂਕੀ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਦੇ ਵਿੱਚ ਨਕਲੀ ਅੰਬੂਜਾ ਤੇ ACC ਸੀਮਿੰਟ ਲਿਆਂਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹਨਾਂ ਨੇ ਨਾਕੇਬੰਦੀ ਕਰਕੇ ਇਸ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਫੜੇ ਗਏ ਇਸ ਟਰੱਕ ਦੇ ਵਿੱਚੋਂ ਕਰੀਬ 150 ਬੋਰੀਆਂ ਨਕਲੀ ਸੀਮਿੰਟ ਦੀਆਂ ਬਰਾਮਦ ਹੋਈਆਂ ਹਨ। ਐਸਆਈ ਚੌਂਕੀ ਇੰਚਾਰਜ ਬੱਸ ਸਟੈਂਡ ਤਰਨ ਤਾਰਨ ਥਾਣਾ ਸਿਟੀ ਤਰਨ ਤਾਰਨ, ਮੈਨੂੰ ਸੀਕਰੇਟ ਇਨਫੋਰਮੇਸ਼ਨ ਮਿਲੀ ਸੀ ਪਈ ਕੈਂਟਰ ਜਿਹਦਾ ਮੂੰਹ ਚਿੱਟਾ ਆ ਅਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਅਤੇ ਇਹ ਨੰਬਰ 'ਤੇ ਜਾਲੀ ਸੀਮਿੰਟ ਆ ਰਿਹਾ ਹੈ PB06BB1397 ਜਿਹਨੂੰ ਹਰਪਾਲ ਸਿੰਘ ਡਰਾਈਵਰ ਚਲਾ ਰਿਹਾ ਹੈ। ਜੇ ਇਹਨੂੰ ਹੁਣੇ ਚੱਕ ਕੇ ਕਿਤੇ ਨਾਕਾਬੰਦੀ ਕਰੇ ਚੈਂਗਰ ਦੇ ਪੁਰਾਣੇ ਬਾਈਪਾਸ ਤੋਂ ਇੱਧਰ ਨੂੰ ਸ਼ਹਿਰ ਵੱਲ ਨੂੰ ਤਰਨ ਤਾਰਨ ਵੱਲ ਨੂੰ ਆ ਰਿਹਾ ਜੀ, ਜਿਹੜਾ ਉਹ ਤੋਂ ਅਸੀਂ ਚੰਗੀ ਧਿਆਨ ਨਾਲ ਚੈਕਿੰਗ ਕੀਤੀ ਤਾਂ ਥੋੜ੍ਹੀ ਦੇਰ ਬਾਅਦ ਕੈਂਟਰ ਆ ਗਿਆ ਜਿਹਦੇ ਖਿਲਾਫ਼ ਸਾਨੂੰ ਸੀਮਿੰਟ ਬਰਾਮਦ ਹੋਇਆ ਹੈ। ਜਿਹੜੇ ਮਹਾਰਾਣੀ ਟੀਮ ਸੱਦੀ ਆ ਵੀ ਇਹ ਸੀਮਿੰਟ ਜਾਲੀ ਆ ਕਿ ਜਾਂ ਸਹੀ ਹੈ ਜੀ, ਜਿਹਦੇ ਵਿੱਚ 100 ਬੈਗ ਜਿਹੜਾ ਹੈਗਾ ਆ ਉਹ ਸੀਮਿੰਟ ਅੰਬੂਜਾ ਆ ਅਤੇ 50 ਬੈਗ ACC ਹੈ ਜੀ। ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ, ਮੁਕੱਦਮਾ ਦਰਜ ਕਰਤਾ ਆ ਅਤੇ ਜਿਹੜਾ ਕੋਈ ਵੀ ਦੋ ਇਹਦੇ ਜਿੱਥੋਂ ਪਤਾ ਲੱਗਾ ਵੀ ਉਹਨੇ ਦੱਸਿਆ ਵੀ ਅਸੀਂ ਫੈਕਟਰੀ ਕੋਲ ਲਾਈ ਲਾ ਕੇ ਤਰਨ ਤਾਰਨ ਲੱਗ ਲੱਗੇ ਜੀ, ਅਤੇ ਉਹ ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਰਫਤਾਰਾਂ ਨੂੰ ਦੱਸਿਆ ਆ ਅਤੇ ਇਹ ਮਾਨਯੋਗ SSP ਸਾਹਿਬ ਦੀਆਂ ਅਧਿਆਤਾਂ ਮੁਤਾਬਕ ਹੀ ਸਾਰੀ ਕਾਰਵਾਈ ਹੋਈ ਆ। ਮਾਨਯੋਗ DSP ਸਾਹਿਬ ਸਾਹਿਬ ਕਿੰਨੇ ਬੰਦੇ ਨਾਮਜ਼ਦ ਅਤੇ ਕਿੰਨੇ ਬੰਦੇ ਨੇ ਪਰਚਾ ਦਰਜ ਕੀਤਾ ਆਪਣਾ, ਕਿੰਨੇ ਬੰਦਾ ਫੜੇ? ਦੋ ਫੈਕਟਰੀ ਵਾਲੇ ਆ ਜੀ, ਉਹ ਦੋਵੇਂ ਛੱਤੀ ਜਾਇਆ ਸਭ ਤੋਂ ਸਹਿਮਤੀ ਨਾਲ ਕੰਮ ਕਰਦੇ ਆ। ਇਹ ਟਰੱਕ ਡਰਾਈਵਰ ਜਿਹੜਾ ਹਰਪਾਲ ਸਿੰਘ ਤਿੰਨ ਬੰਦੇ ਜੇ ਕੀਤੇ ਜੀ, ਕੋਈ ਦੰਗਾਂ ਇਨਵੈਸਟੀਗੇਸ਼ਨ ਜਾਰੀ ਆ, ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜਾ ਵੀ ਚਾਹੂਗਾ ਉਹਨੂੰ ਛੱਡਿਆ ਨਹੀਂ ਜਾਊਗਾ, ਅਕੋਰਡਿੰਗ ਟੂ ਲਾ ਉਹਦੇ ਖਿਲਾਫ਼ ਕਰਨੀ। ਕਿੱਥੋਂ ਸਰ ਇਹਨਾਂ ਨੇ ਪੰਜਾਬ ਦੇ ਹੀ ਨੇ, ਪੰਜਾਬ ਦੇ ਬਾਹਰੋਂ? ਨਹੀਂ, ਇਹ ਪੰਜਾਬ ਦੇ ਹੀ ਆ ਜੀ। ਹੁਣ ਦੱਸ ਕੇ ਹੁਣ ਮਹਾਰਾਣੀ ਟੀਮ ਸਾਨੂੰ ਲਿਖੀ ਰਾਏ ਦਊ, ਅਸੀਂ ਲੈ ਕੇ ਜਾ ਰਹੀ ਆ, ਆ ਗਏ ਸਾਡੇ ਕੋਲ। ਤਰਨ ਤਾਰਨ ਤੋਂ ਜਸਪ੍ਰੀਤ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।